ਜਿਵੇਂ ਦੀ ਸ਼ੁਰੂਆਤ ਭਾਈ ਦਿਲਾਵਰ ਸਿੰਘ ਜੀ ਕਰਨ ਜਾ ਰਹੇ ਨੇ, ਜਿਵੇਂ ਦੀ ਸ਼ੁਰੂਆਤ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਨਾਲ, ਭਾਈ ਜਗਤਾਰ ਸਿੰਘ ਜੀ ਤਾਰਾ, ਭਾਈ ਪਰਮਜੀਤ ਸਿੰਘ ਜੀ ਭਿਓਰਾ, ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਇੰਜੀਨੀਅਰ ਗੁਰਮੀਤ ਸਿੰਘ ਜੀ, ਸ਼ਮਸ਼ੇਰ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਇਹ ਪੂਰੀ ਟੀਮ ਬਣੀ ਹੈ। ਇਹਨਾਂ ਨੇ ਪਲੈਨਿੰਗ ਕਰਕੇ ਇੱਕ ਦੂਜੇ ਨੂੰ ਡਿਊਟੀਆਂ ਵੰਡ ਦਿੱਤੀਆਂ। ਪਹਿਲੇ ਨੰਬਰ ਤੇ ਸਿਕਿਉਰਿਟੀ ਦਾ ਅੰਦਾਜ਼ਾ ਲਾਇਆ ਜਾਵੇ ਕਿ ਉਹ ਪਾਪੀ ਕਦੋਂ ਆਉਂਦਾ ਹੈ, ਕਦੋਂ ਜਾਂਦਾ ਹੈ, ਕਿੰਨੀ ਕੁ ਉਹਦੇ ਨਾਲ ਸਿਕਿਉਰਿਟੀ ਹੁੰਦੀ ਹੈ। ਦੂਜੇ ਨੰਬਰ ਤੇ ਕਾਰ ਦਾ ਪ੍ਰਬੰਧ ਕੀਤਾ ਜਾਵੇ, ਉਹਨੂੰ VIP ਦੇਖ ਦਿੱਤੀ ਜਾਵੇ, ਜਿਹੜੀ ਸਕੱਤਰੇਤ ਦੇ ਅੰਦਰ ਜਾਣ ਲੱਗਿਆ ਕੋਈ ਪਛਾਣ ਨਾ ਸਕੇ ਕਿ ਇਹ ਸਿਕਿਉਰਿਟੀ ਦੀ ਜਾਂ ਕਿਸੇ VIP ਬੰਦੇ ਦੀ ਕਾਰ ਹੈ ਜਾਂ ਕੋਈ ਆਮ ਗੱਡੀ ਹੈ। ਇਹਦੇ ਤੋਂ ਇਲਾਵਾ ਥਾਰਾਂ ਦਾ ਪ੍ਰਬੰਧ ਕਰਨਾ, ਕਿੱਥੇ ਕਿੱਥੇ ਰਹਿ ਕੇ ਅਸੀਂ ਦਿਨ ਬਤੀਤ ਕਰਨੇ ਆ, ਕਿੱਥੇ ਕਿੱਥੇ ਰਹਿ ਕੇ ਅਸੀਂ ਮੀਟਿੰਗਾਂ ਕਰਨੀਆਂ, ਔਰ ਥਾਰਾਂ ਦਾ ਪ੍ਰਬੰਧ ਕਰਨਾ। ਉਹਦੇ ਤੋਂ ਇਲਾਵਾ ਸਭ ਤੋਂ ਵੱਡਾ ਕੰਮ ਕਿ ਬੰਬ ਤਿਆਰ ਕਰਨਾ, ਬੈਲਟ ਤਿਆਰ ਕੀਤੀ ਜਾਵੇ, ਉਹ ਬੰਬ ਤਿਆਰ ਕੀਤਾ ਜਾਵੇ, ਤੇ ਉਹਦੇ ਤੋਂ ਵੀ ਵੱਡਾ ਕੰਮ ਕਿ ਉਹ ਬੰਬ ਕਿਹੜਾ ਸੂਰਮਾ ਆਪਣੇ ਲੱਕ ਦੇ ਨਾਲ ਬੰਨ ਕੇ ਜਾਵੇਗਾ, ਉਹ ਵੀ ਫੈਸਲਾ ਕਰਨਾ। ਇਹ ਹੁਣ ਸਾਰੀ ਟੀਮ ਨੇ ਵੱਖਰੇ ਵੱਖਰੇ ਕੰਮ ਆਪਣੇ ਸਿਰ ਉੱਤੇ ਲੈ ਲੈ ਨੇ, ਤੇ ਆਓ ਕਿਵੇਂ ਇੱਕ ਦੂਜੇ ਨਾਲ ਸਲਾਹ ਕਰਕੇ ਆਪਣੀ ਆਪਣੀ ਮੰਜ਼ਿਲ ਨੂੰ ਤੁਰ ਪੈਣੇ। ਕੋਈ ਕਾਰ ਦਾ ਪ੍ਰਬੰਧ ਕਰਨ ਵਾਸਤੇ ਤੁਰ ਪਿਆ, ਕੋਈ ਬੰਬ ਦੀ ਸਮੱਗਰੀ ਲੈਣ ਵਾਸਤੇ ਤੁਰ ਪਿਆ, ਕੋਈ ਵਰਦੀਆਂ ਲੈ ਕੇ, ਕਿਉਂਕਿ ਇੱਕ ਪੁਲਿਸ ਦੇ ਰੂਪ ਦੇ ਵਿੱਚ ਉਹਨਾਂ ਨੇ ਜਾਣਾ ਸੀ, ਤੇ ਉਹ ਵਰਦੀਆਂ ਵੀ ਚਾਹੀਦੀਆਂ ਸੀ। ਸੋ ਪੂਰੀ ਜਿਹੜੀ ਟੀਮ ਹੈ, ਇੱਕ ਸਟਾਫ ਲੱਗੇ, ਇਸ ਤਰੀਕੇ ਦਾ ਪ੍ਰਬੰਧ ਵੀ ਕਰਨ ਦੀ ਡਿਊਟੀ ਜਿਹੜੀ ਹੈ ਉਹ ਇੱਕ ਦੂਜੇ ਨੂੰ ਸੌਂਪੀ ਗਈ ਹੈ। ਆਓ ਕਿਵੇਂ ਸੂਰਮੇ ਕਹਿੰਦੇ, ਆਓ ਵੀਰੋ ਪੁੱਟੀਏ ਜੜਾਂ ਤੋਂ ਪਾਪ ਨੂੰ, ਮਿਸ਼ਰੀ ਯਥਾ ਇਵੇਂ ਬਿਆਨ ਕਰ। ਦਿਲਾਵਰ ਨੂੰ ਆਖਿਆ ਹਵਾਰੇ ਵੀਰ ਨੇ, ਹੁਣ ਨਹੀਂ ਸੁਣੇ ਜਾਣੇ ਹੋਰ ਕੀਰ ਨੇ, ਹੁਣ ਨਹੀਂ ਸੁਣੇ ਜਾਣੇ ਹੋਰ ਕੀਰ ਨੇ, ਲੈ ਕੇ ਦੇਈਏ ਕੌਮ ਤਾਈ ਇਨਸਾਫ ਨੂੰ, ਚੱਲੋ ਵੀਰੋ ਪੁੱਟੀਏ ਜੜਾਂ ਤੋਂ ਪਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾਂ ਤੋਂ ਪਾਪ ਨੂੰ। ਦਿਲਾਵਰ ਨੂੰ ਆਖਿਆ ਹਵਾਰੇ ਵੀਰ ਨੇ, ਸੁਣੇ ਨਹੀਂ ਹੋਰ ਜਾਣੇ ਹੋਰ ਕੀਰ ਨੇ, ਸੁਣੇ ਨਹੀਂ ਹੁਣ ਜਾਣੇ ਹੋਰ ਕੀਰ ਨੇ, ਓ ਲੈ ਕੇ ਦਈਏ ਕੌਮ ਤਾਈ ਇਨਸਾਫ ਨੂੰ, ਚੱਲੋ ਵੀਰੋ ਪੁੱਟੀਏ ਜੜਾਂ ਤੋਂ ਪਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾਂ ਤੋਂ ਪਾਪ ਨੂੰ। ਦਾਸਾ ਤੇ ਤਿਆਰੀ ਕਰ ਲਈ, ਬਾਜ ਵਾਲੀ ਅੱਖ ਵਹਿਰੀ ਉੱਤੇ ਧਰ ਲਈ, ਬਾਜ ਵਾਲੀ ਅੱਖ ਵਹਿਰੀ ਉੱਤੇ ਧਰ ਲਈ, ਚਾਹੀਦਾ ਮਕਾਉਣਾ ਹੁਣ ਛੇਤੀ ਵਾਟ ਨੂੰ, ਚੱਲੋ ਵੀਰ ਪੁੱਟੀਏ ਜੜਾਂ ਤੋਂ ਪਾਪ ਨੂੰ, ਚਾਹੀਦਾ ਮਕਾਉਣਾ ਹੁਣ ਛੇਤੀ ਵਾਟ ਨੂੰ, ਚੱਲੋ ਵੀਰੋ ਪੁੱਟੀਏ ਜੜਾਂ ਤੋਂ ਪਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾਂ ਤੋਂ ਪਾਪ ਨੂੰ। ਤਾਰਾ ਤੇ ਪਿਓਰਾ ਵੀ ਤਿਆਰ ਹੋ ਗਏ, ਰਾਜੂਆਣਾ ਵੀਰ ਹੁਸ਼ਿਆਰ ਹੋ ਗਏ, ਰਾਜੂਆਣਾ ਵੀਰ ਹੁਸ਼ਿਆਰ ਹੋ ਗਏ, ਓ ਭਾਈ ਲਖਵਿੰਦਰ ਸਿੰਘ ਕੀਤਾ ਸਾਥ ਨੂੰ, ਚੱਲੋ ਵੀਰੋ ਪੁੱਟੀਏ ਜੜਾਂ ਤੋਂ ਪਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾਂ ਤੋਂ ਪਾਪ ਨੂੰ। ਭਾਈ ਗੁਰਮੀਤ ਸਿੰਘ ਨਾਲ ਤੁਰਿਆ, ਲੱਗਦਾ ਏ ਰੋ ਸੰਯੋਗ ਜੁੜਿਆ,
ਲੱਗਦਾ ਏ ਤੋ ਸੰਯੋਗ ਜੁੜਿਆ। ਓ ਵਾਹਿਗੁਰੂ ਤੇ ਰੱਖ ਤੁਰੇ ਵਿਸ਼ਵਾਸ ਨੂੰ, ਚੱਲੋ ਵੀਰੋ ਪੁੱਟੀਏ ਜੜਾ ਤੋਂ ਪਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾ ਤੋਂ ਪਾਪ ਨੂੰ। ਖਰੀਦਣੀ ਹੈ ਕਾਰ ਬੰਬ ਵੀ ਬਣਾਉਣਾ ਹੈ, ਆਪਣਾ ਫਰਜ ਸਭ ਨੇ ਨਿਭਾਉਣਾ ਹੈ, ਆਪਣਾ ਫਰਜ ਸਭ ਨੇ ਨਿਭਾਉਣਾ ਹੈ। ਓ ਵਰਦੀ ਚ ਪੂਰਾ ਰੰਗਣਾ ਸਟਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾ ਤੋਂ ਪਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾ ਤੋਂ ਪਾਪ ਨੂੰ। ਕਿਹੜੇ ਸਮੇਂ ਪਾਪੀ ਸਾਡੇ ਹੱਥ ਆਵੇਗਾ, ਉੱਡ ਬੰਬ ਨਾਲ ਨਰਕਾਂ ਨੂੰ ਜਾਵੇਗਾ, ਉੱਡ ਬੰਬ ਨਾਲ ਨਰਕਾਂ ਨੂੰ ਜਾਵੇਗਾ। ਓ ਕਰਦੇ ਫਿਰ ਨਾ ਫੇਰ ਇਕੱਠੀ ਰਾਗ ਨੂੰ, ਚੱਲੋ ਵੀਰੋ ਪੁੱਟੀਏ ਜੜਾ ਤੋਂ ਪਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾ ਤੋਂ ਪਾਪ ਨੂੰ। ਓ ਲੱਕ ਨਾਲ ਬੰਬ ਬੰਨਣਾ ਏ ਪੈਣਾ ਏ, ਬੰਨਣਾ ਏ ਜਿੰਨੇ ਉਸ ਵੀ ਨਾ ਰਹਿਣਾ ਏ, ਬੰਨਣਾ ਹੈ ਜਿੰਨੇ ਉਸ ਵੀ ਨਾ ਰਹਿਣਾ ਏ। ਓ ਕਰਦੇ ਉਹ ਪੇਸ਼ ਹੋਣ ਛੇਤੀ ਆਪ ਨੂੰ, ਚੱਲੋ ਵੀਰੋ ਪੁੱਟੀਏ ਜੜਾ ਤੋਂ ਪਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾ ਤੋਂ ਪਾਪ ਨੂੰ। ਗੁਰੂ ਦੀਆਂ ਸੇਵਕਾਂ ਤਿਆਰੀ ਕਰ ਲਈ ਆਪਣੀ ਜਾਨ ਤਲੀ ਉੱਤੇ ਤਾਰ ਲਈ, ਆਪਣੀ ਜਾਨ ਤਲੀ ਉੱਤੇ ਤਾਰ ਲਈ। ਓ ਕਰ ਤੁਰੇ ਸਾਰੇ ਬਾਣੀ ਵਾਲੇ ਜਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾ ਤੋਂ ਪਾਪ ਨੂੰ, ਚੱਲੋ ਵੀਰੋ ਪੁੱਟੀਏ ਜੜਾ ਤੋਂ ਪਾਪ ਨੂੰ। ਬੱਬਰਾਂ ਵੱਲੋਂ ਇਹਦੀ ਪੈੜ 30 ਤਰੀਕ ਨੂੰ ਵੀ ਨੱਪੀ ਗਈ, ਪਰ ਉਸ ਦਿਨ ਇਹ ਪਾਪੀ ਸਕੱਤਰੇਤ ਦੇ ਵਿੱਚ ਆਇਆ ਇਹਨੇ। ਅਖੀਰ ਉਹ ਦਿਨ ਆ ਗਿਆ 31 ਵਾਲਾ, ਅੱਜ ਵਾਲਾ ਦਿਨ। ਇਹਦਾ ਸਮੇਂ ਦਾ ਪਤਾ ਲੱਗ ਗਿਆ ਕਿ ਇਹਨੇ 3 ਵਜੇ ਆਉਣਾ ਹੈ ਤੇ 5 ਵਜੇ ਵਾਪਸ ਚਲੇ ਜਾਣਾ।